ਸੀਗਾ, ਪਿੱਛੋਂ ਲੈ ਕੇ ਬੱਸ ਵਾਲੇ ਟਰੈਕਟਰ ਦੇ ਵਿੱਚ ਓਵਰਟੇਕ ਕਰਨ ਲੱਗੇ ਬੱਚੀ ਹੈ, ਜਿਹੜੀ ਅਸੀਂ ਮੌਕੇ 'ਤੇ ਆ ਕੇ ਰੋਡ ਕਲੀਅਰ ਕਰਾਤਾ, ਬਾਕੀ ਜੋ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਕਰਾਂਗੇ। ਖਾਤਾ ਕੱਟ ਹੋ ਗਿਆ, ਅੱਗੇ ਦੇਖਿਆ ਤਾਂ ਜਿਹੜਾ ਟਰੈਕਟਰ ਵਾਲਾ ਬਜ਼ੁਰਗ ਸੀਗਾ ਉਹਦੀ ਡੈਥ ਹੋ ਚੁੱਕੀ, ਪਰ ਦੂਸਰਾ ਬੰਦਾ ਬੱਸ ਵਾਲਾ ਸੀਗਾ ਉਹਦੀ ਲੱਤਾਂ ਰੁੱਕ ਗਈਆਂ, ਕੁਛ ਹੋਰ ਸਵਾਰੀਆਂ ਸੀਗੀਆਂ ਗੰਭੀਰ, ਉਹਨਾਂ ਨੇ ਸੱਟਾਂ ਲੱਗੀਆਂ ਕਰਦੀਆਂ ਬਹੁਤ ਜ਼ਿਆਦਾ, ਅਤੇ ਜਿਹੜਾ ਡਰਾਈਵਰ ਸੀਗਾ ਬੱਸ ਵਾਲਾ ਉਹਨੂੰ ਅਸੀਂ ਅਮਲੋ ਭੇਜਤਾ ਪਹਿਲਾਂ ਹੀ ਐਂਬੂਲੈਂਸ ਮੰਗਾ ਕੇ, ਜਿਹੜੀ ਡੈਥ ਹੋਈ ਸੀਗੀ ਉਦੋਂ ਨਾਲ ਦੀ ਨਾਲ ਇਹ ਮੁਲਾਜ਼ਮ ਪੁਲਿਸ ਵਾਲੇ ਆ ਗਏ, ਉਹਨੇ ਵੀ ਅਮਲੋ ਭੇਜਤਾ, ਬਾਕੀ ਰੋਡ ਕਲੀਅਰ ਕਰਿਆ, ਰੋਡ ਵਗੈਰਾ ਖਾਲੀ ਅਤੇ ਖਾਸੀ ਭੀੜ ਵਗੈਰਾ ਹੋ ਚੁੱਕੀ ਸੀਗੀ। ਬੱਸ ਵਾਲੇ ਦਾ ਪਤਾ ਕਿ ਇਹਨਾਂ ਦਾ ਤਾਂ ਬੱਸਾਂ ਦਾ ਕੰਟਰੋਲ ਹੋਣਾ ਚਾਹੀਦਾ ਆ, ਬੱਸਾਂ ਵਾਲੇ ਕੋਈ ਨਹੀਂ ਖੋਲ ਚਲਾਉਂਦਾ ਹੈਗਾ, ਖਾਸ ਕਰਕੇ ਇਹਨਾਂ ਸਵਾਰੀ ਦਾ ਹੁੰਦਾ, ਬੰਦੇ ਦਾ ਕੋਈ ਪਰਵਾਹ ਨਹੀਂ, ਬੰਦਾ ਜਿਹੜਾ ਮਰਦਾ ਮਰਦੇ ਵਿੱਚ ਡਰਾਈਵਰ ਦਾ ਡਾਕਟਰ ਵੀ ਗੱਲ ਕਰਨੀ ਕਰੀਏ, ਸਾਫ ਸਾਫ ਸਰਕਾਰ ਨਹੀਂ ਹੋਣੀ ਚਾਹੀਦੀ ਜਿਹੜੀ ਹੈਗੀ ਆ, ਪਰ ਬੱਸਾਂ ਵਾਲੇ ਜਿਹੜੇ ਹੈਗੇ ਆ ਬਿਲਕੁਲ ਕੰਟਰੋਲ 'ਚ ਚਾਹੁੰਦੇ ਹੁੰਦੇ ਉਹ ਜਾਂਦੇ ਹੋਏ। ਉਸ ਦੇ ਬਾਰੇ ਜੀ ਮੈਂ ਜੀ ਅੰਦਰ ਦੀ ਸਾਰਾ ਮੈਨੂੰ ਅੰਦਰੋਂ ਪਤਾ ਲੱਗਿਆ ਜੀ, ਲੋਕਾਂ ਦੇ ਬਾਰੇ ਮੈਨੂੰ ਦੱਸ ਰਹੇ ਨੇ ਜੀ, ਕਹਿੰਦੇ ਜੀ ਇੱਧਰੋਂ ਇੱਕ ਬੱਸ ਆ ਰਹੀ ਸੀ ਗੋਬਿੰਦਗੜ੍ਹ ਲੈਫਟ ਕਾਲਜ ਦੀ, ਉਹ ਜੀ ਇੱਧਰ ਨੂੰ ਮੁੜੀ ਆ ਜੀ, ਭਗਵਾਨਪੁਰੇ ਨੂੰ ਖੱਬੇ ਆਸੇ ਟਰੈਕਟਰ ਦੇ ਮੂਹਰੇ ਦੀ ਰੋਂਗ ਸਾਈਡ ਕਰਕੇ ਜੀ ਬੱਸ ਮੁੜੀ ਆ, ਮਗਰ ਉੱਧਰ ਟਰੈਕਟਰ ਆ ਰਿਹਾ ਜੀ, ਉੱਧਰੋਂ ਬੱਸ ਆ ਰਹੀ, ਦੋਨੇ ਟੱਕਰ ਹੋ ਗਈ, ਪਿੱਛੋਂ ਜੀ ਬੱਸ ਵੱਜੀ ਟਰੈਕਟਰ ਦੇ ਉੱਪਰ ਵਾਲੀ। ਸੱਟਾਂ ਤਾਂ ਲੱਗੀਆਂ ਨੇ ਜੀ, ਟਰੈਵਲ ਦੇ ਵੀ ਸੱਟਾਂ ਲੱਗੀਆਂ ਨੇ, ਸਵਾਰੀ ਦੇ ਵੀ ਲੱਗੀਆਂ ਨੇ ਜੀ, ਐਂ ਨਹੀਂ ਪਤਾ ਕਿੰਨੀਆਂ ਕਿਤੇ ਲੱਗੀਆਂ ਸਵਾਰੀ ਦੇ, ਲੱਖ ਰੁਪਇਆ ਜੀ ਆਪਣਾ ਜੀ ਟਰੈਕਟਰ ਵਾਲੇ ਜੀ। ਠੀਕ ਹੈ ਜੀ, ਆਪਣਾ ਇੱਕ ਜੀ ਬਜ਼ੁਰਗ ਦੀ ਜੀ ਘੱਟ ਤੋਂ ਘੱਟ ਉਹਦੀ ਉਮਰ ਹੋਊਗੀ ਜੀ 70 ਸਾਲ ਦੀ ਉਮਰ ਹੋਊਗੀ, ਹਾਂਜੀ ਉਹਦੀ ਹੋ ਗਈ ਜੀ।